ਡਰਾਈਵਰ ਸਾਹਿਬ ਆਏ ਨੇ, ਇਹਨਾਂ ਦੀ ਗੱਲ ਨਹੀਂ ਪਕੜ ਚ ਆ ਰਹੀ ਤੇ ਇਹ ਜਦ ਤੱਕ ਦੱਸਣਗੇ ਨਹੀਂ ਤੇ ਪਕੜ ਚ ਆਉਣੀ ਵੀ ਨਹੀਂ। ਕਿਉਂ ਲਵ ਯੂ? ਬਿਲਕੁਲ ਸਰ। ਤੇ ਕੀ ਕਰੀਏ ਫਿਰ ਹੁਣ? ਪਕੜ ਕੇ ਅੰਦਰ ਕਰ ਦਿੰਦੇ ਆ ਬੇਟਾ। ਪਹਿਲੇ ਗੱਲ ਤੇ ਸੁਣ ਲਈਏ, ਜੇ ਗਲਤ ਨਹੀਂ ਕਰਿਆ ਫੇਰ ਹੀ ਅੰਦਰ ਕਰਾਂਗੇ। ਹਾਂਜੀ, ਜੇ ਅੰਦਰ ਕਰਤਾ ਤੇ ਉਹਦੇ ਫਟੇ ਨੇ, ਉਹਨੇ ਐਡਜਸਟ ਵੀ ਨਹੀਂ ਕਰ ਲੈਂਗਾ। ਐਡਜਸਟ ਕਰ ਲਾਂਗੇ। ਵਾਹ, ਕਿੱਡਾ ਤੂੰ ਗੋਦ ਲੈ ਲੈਣਾ ਨਾ ਉਹਨੂੰ ਅੰਦਰ ਆਉਂਦੇ ਨੂੰ। ਨਹੀਂ ਲੱਗੋ ਮੇਰੇ ਗਾਲੇ ਵਿੱਚ ਜੋ ਜੀ, ਸਗੋਂ ਮੈਂ ਕੈਲੰਡਰ ਰੱਖਣਾ ਜਾਣਾ। ਕੀ ਰੱਖਣਾ? ਕੈਲੰਡਰ। ਵਾਹ ਵਾਹ ਵਾਹ, ਉਦਾਂ ਨਹੀਂ ਕੈਲੰਡਰ ਹੈਗਾ ਤੇਰੇ ਕੋਲ ਫੋਨ ਫਾਨ ਚ? ਨਹੀਂ, ਇਸਕੋ ਕੰਮ ਦੇ ਦੇਾਂਗੇ। ਅੱਛਾ, ਇਹਨੂੰ ਕਿ ਐਜ਼ ਅ ਬੈਟਰੀ ਰੱਖਣਾ ਟਰੱਕ? ਇਸਕੋ ਗੈਲ ਰੱਖਿਆ ਕਰਾਂਗੇ ਹਮੇ। ਉਹ ਕੀ ਹੁੰਦਾ ਗੈਲ? ਆਪਣੀ ਗੈਲ। ਗੈਲ ਕੀ? ਆਪਣੇ ਗੈਲ ਬਿਠਾਇਆ ਕਰਾਂਗੇ ਇਹਨੂੰ, ਰਾਜਾ ਆਪਣੇ ਕੋਲ ਬਿਠਾ। ਯਾਰੇ ਭਾਸ਼ਾ ਵੀ ਚਲੋ ਇਹਨਾਂ ਦੀ ਹੁੰਦੀ ਹੈ ਜਿਵੇਂ ਨਾ ਅਲੱਗ ਅਲੱਗ ਲੋਕ। ਅੱਛਾ, ਤੇ ਹੁਣ ਫਿਰ? ਅੱਛਾ, ਕੀ ਹੋਇਆ ਫਿਰ ਅੱਗੇ? ਇਸ ਨੂੰ ਫਿਰ ਬਹਿ ਕੇ ਸੁਣਾ ਦਵਾਂ? ਲੈ ਲਵਾਂ? ਨਹੀਂ। ਸ਼ੁਕਰੀਆ। ਲੈ ਮੈਂ ਨਹੀਂ ਕਿਹਾ, ਕਹਿੰਦਾ ਸ਼ੁਕਰੀਆ। ਤੇਰੇ ਵਰਗਾ ਵੀਰ ਦੋ ਚਾਰ ਬੰਦੇ ਦੁਨੀਆ ਵਾ, ਇੱਕ ਤੂੰ ਆ ਇੱਕ ਮੈਂ ਆ, ਦੋ ਕਿਤੇ ਲੱਭਣੇ ਬਣੇ ਸਾਨੂੰ। ਤੇ ਫਿਰ ਕੀ ਕਰੀਏ ਉਹਨਾਂ ਨੂੰ ਲੱਭ ਕੇ? ਕੀ ਕਰੀਏ, ਚਾਰੇ ਜਣੇ ਕੀ ਕਮੇਟੀ ਪਾ ਲਈਏ? ਸਾਡੀ ਜਿੰਦ ਜਾਣ ਘਰੇ ਬੈਠੀ ਹੁੰਦੀ, ਸਾਨੂੰ ਪਤਾ ਕਿੰਨੀ ਯਾਦ ਆਉਂਦੀ। ਬੜੀ ਯਾਦ ਆਉਂਦੀ ਤੁਹਾਨੂੰ? ਆਏ ਨੀ ਸੀ, ਪਰਾਂਦੀ ਲਾਂਦੇ ਗੱਡੀਆਂ ਕਾ ਮਗਰ। ਅੱਛਾ, ਉਹ ਇਸ ਕਰਕੇ ਲਾਨੇ ਕਿ ਘਰ ਵਾਲੀ ਦੀ ਯਾਦ ਆਉਂਦੀ? ਸਾਨੂੰ ਆਉਂਦੀ ਆ ਉਹ। ਵਾਹ ਜੀ ਵਾਹ। ਅੱਛਾ, ਗੱਡੀ ਮੈਂ ਲਾਈ ਵੀ ਸੀ ਚੌੜੇ ਬਾਜ਼ਾਰ ਮਾ। ਅੱਛਾ, ਲੈ ਕੇ ਜਦ ਮੈਂ ਰਿਵਰਸ ਗੇਅਰ ਪਾਇਆ ਉਸਕਾ, ਗੱਡੀ ਪਿੱਛੇ ਨੂੰ ਭੱਜੀ ਮਾੜੀ ਜਿਹੀ, ਪਿੱਛਾ ਤੇ ਆ ਕੇ ਗੱਡੀ ਮਾਰ ਗਈ ਉਹਕੇ। ਮਤਲਬ ਤੂੰ ਗੱਡੀ ਪਿੱਛੇ ਕੀਤੀ ਤੇ ਪਿੱਛੇ ਕੋਈ ਗੱਡੀ ਖੜੀ ਸੀ ਤੇ ਤੇਰੀ ਗੱਡੀ ਵਿੱਚ? ਉਹ ਉਸ ਨੂੰ ਉਸ ਡਰਾਈਵਰ ਅੰਨਾ ਹੋਇਆ ਵਾ ਤਾਂ ਉਹਕਾ ਗੱਡੀ ਦਾ ਨਹੀਂ। ਅੰਨਾ ਡਰਾਈਵਰ ਕਿੱਦਾਂ ਹੋ ਸਕਦਾ? ਅੰਨਾ ਬੰਦਾ ਤੇ ਫਿਰ ਉੱਥੇ ਤੱਕ ਵੀ ਚੌੜੇ ਬਾਜ਼ਾਰ ਤੋਂ ਕਿੱਦਾਂ ਲਾਇਆ? ਜੋ ਉਹਨੇ ਮਾਰਤੀ ਮੇਰੀ ਗੱਡੀ ਮਾ ਲਿਆ ਘਰ ਕਾ ਉਂ ਇਕਣਾ। ਅੱਛਾ, ਮਾਰੀ ਉਹਨੇ? ਹਾਂ, ਤੇ ਮੈਂ ਤਾਂ ਬੈਕ ਕਰ ਰਿਹਾ ਤਾਂ ਮੇਰਾ ਕਿਆ ਕਸੂਰ ਤਾਂ? ਬਹੁਤ ਅੱਛੇ, ਤੂੰ ਬੈਕ ਕਰ ਰਿਹਾ ਸੀ, ਤੇਰਾ ਕੋਈ ਕਸੂਰ ਨਹੀਂ ਤੇ ਤੇਰੇ ਕੀ ਅੱਗੇ ਵਾਲੇ ਸ਼ੀਸ਼ਾ ਖਰਾਬ ਸੀ, ਅੰਨਾ ਹੀ ਤੂੰ ਤੈਨੂੰ ਨਹੀਂ ਲੱਗਿਆ? ਉਹ ਮੈਂ ਫੋਨ ਲਾਇਆ ਵਾ ਤਾਂ। ਕਿੰਨੂੰ ਫੋਨ ਲਾਇਆ ਸੀ? ਮੈਂ ਆਰਡਰ ਕਰ ਦਿਆ ਤਾ ਫੋਨ ਪਾ। ਕਿਹੜਾ? ਤੂੰ ਫੋਨੇ ਕਰਨਾ ਡਰਾਈਵਰ ਆ, ਹੁਣ ਤੂੰ ਜੱਜ ਬਣ ਗਿਆ? ਕਿਹੜਾ ਆਰਡਰ ਦੇਣ ਡਿਆ ਸੀ ਤੂੰ? ਆਰਡਰ ਮੈਂ ਲੈਂਦਾ ਪਿਆ ਤਾ, ਮਤਲਬ ਦਿੰਦਾ ਪਿਆ ਤਾ। ਕਿੱਥੇ? ਉਹ ਕਿੱਥੇ ਦੇਣ ਡਿਆ ਸੀ ਆਰਡਰ? ਓਏ, ਪੀਜ਼ਾ ਪੀਜ਼ੇ ਵਾਲੇ ਕਿਹੜੇ ਹੁੰਦੇ ਉਹ ਪੀਜ਼ੇ ਵਾਲਿਆਂ ਨੂੰ? ਅੱਛਾ, ਪੀਜ਼ਾ ਮੰਗਾਉਣ ਡਿਆ ਸੀ? ਪੀਜ਼ਾ ਮੰਗਾਉਂਦਾ ਸੀ ਮਤਲਬ ਫੋਨ ਤੇ ਲੱਗਾ ਸੀ ਤੇ ਗੱਡੀ ਖਲਾਰ ਕੇ ਲੱਗਾ ਸੀ ਜਦੋਂ ਬੈਕ ਕਰ ਰਿਹਾ? ਬੈਕ ਹੁੰਦੀ ਪਈ ਤੀ ਗੱਡੀ ਨਾਲ ਨਾਲ ਤੂੰ ਆਰਡਰ ਕਰ ਰਿਹਾ ਸੀ? ਵਾਹ ਓਏ ਵਾਹ, ਕਾਇਸਮਾ ਕਹਿ ਦੁਨੀਆ ਕਰ ਰਹੀ ਮਾਏ ਪੀਜ਼ਾ ਆਰਡਰ ਕਰਤੇ, ਕਿਆ ਗਲਤ ਕਰਤੇ ਆ? ਬੇਟਾ ਤੇਰੇ ਮੇਰੀ ਵਾਰੀ ਕਾ ਬਾਸਾ ਪੀ ਜਾਊਂਗਾ। ਤੇਰੀ ਖੱਬੀ ਪਿੱਠ ਤੇ ਨਾ ਲਗਾਤਾਰ 8 ਡੰਡੇ ਮਾਰੇ ਹੋਣ ਤੇ ਤੈਨੂੰ ਪਤਾ ਲੱਗ ਜੇ ਕਿ ਤੂੰ ਕੀ ਗਲਤੀ ਕੀਤੀ। ਜਨਾਬ, ਪਿੱਠ ਦਾ ਇੱਕ ਹੀ ਹੁੰਦੀ ਹੈ ਜੀ। ਹੈ? ਪਿੱਠ ਦਾ ਇੱਕ ਹੀ ਹੁੰਦੀ ਹੈ ਜੀ। ਤੂੰ ਪੁੱਤਰ ਮੇਰੀ ਟਿਊਸ਼ਨ ਲੈ ਲਿਆ ਕਰ ਟਾਈਮ ਨਾਲ, ਹਨਾ? ਤੂੰ ਮੇਰੇ ਕੋਲ 4 ਤੋਂ ਲੈ ਕੇ 7 ਵਜੇ ਤੱਕ ਮੈਨੂੰ ਦੱਸ ਦੇ ਕਰ ਮੈਂ ਕਦੋਂ ਆਣਾ। ਮੇਰੀ ਜ਼ਿੰਦਗੀ ਦੀ ਜਿਹੜੀ ਗਲਤੀਆਂ ਨਾ ਤੂੰ ਹੀ ਸੁਧਾਰਨੀ ਹੈ। ਨਾ ਮੈਨੂੰ ਟੈਨਸ਼ਨ ਹੋ ਗਈ, ਖੱਬੀ ਕਿਹੜੀ ਹੈ ਜੀ? ਉਹ ਪੁੱਤਰ ਹੈ, ਖੱਬੀ ਸਾਈਡ ਨਹੀਂ ਹੁੰਦੀ, ਸਾਈਡ ਤਾਂ ਹੁੰਦੀ ਹੈ ਪਿੱਠ ਦੀ ਕਿ ਨਹੀਂ? ਮੋਢਾ ਹੁੰਦਾ ਜੀ। ਉਹ ਰੱਖਣਾ ਨਾਲ ਜ਼ਿੰਦਗੀ 'ਚ ਕਿ ਉਹ ਵੀ ਤੋੜ ਦੇਵਾਂ? ਨਹੀਂ ਰੱਖਣਾ ਜੀ। ਫਿਰ ਬਹਿ ਜਾ ਚੁੱਪ ਕਰਕੇ। ਨਹੀਂ, ਤੈਨੂੰ ਪਤਾ ਨਹੀਂ ਲੱਗਾ ਤੂੰ ਨਾਲ ਨਾਲ ਉਹ ਕਰਨ ਡਿਆ ਸੀ, ਦੇਖਣ ਡਿਆ ਸੀ ਪਿੱਛੇ? ਪਿੱਛੇ ਨਹੀਂ ਤੂੰ ਦੇਖਿਆ, ਫੋਨ ਤੇ ਤੂੰ ਲੱਗਾ ਸੀ ਨਾ? ਉੱਕਣਾ ਤਾਂ ਮੈਂ ਸੀਜ਼ਾ ਜਾ ਕਰਕੇ ਦੇਖਿਆ ਤਾ, ਜਦ ਰਿਵਰਤ ਗੇਅਰ ਪਾਇਆ ਉਹਨੇ ਨੂੰ ਮੈਂ ਆਰਡਰ ਦੇ ਰਿਹਾ ਤਾਂ ਗੱਡੀ ਮਾੜੀ ਜੀ ਪਿੱਛਾ ਜਾ ਰਹੀ ਸੀ, ਪਿੱਛਾ ਤੇ ਕੋਈ ਆ ਗੱਲ ਆ ਗਿਆ। ਬਹੁਤ ਅੱਛੀ, ਤੇ ਫਿਰ ਹੁਣ ਸਾਡੇ ਕੋਲ ਕੀ ਬਾਲਦਾ ਸੰਘਾੜੇ? ਨਾ ਉਹ ਮੇਰੇ ਗੱਲ ਪੈ ਗਿਆ। ਹਾਂ, ਕੀ ਕਹਿੰਦਾ? ਉਹ ਮੈਨੂੰ ਕਹਿਣ ਲੱਗਾ, ਮੈਂ ਕਿਹਾ ਬਾਈ ਮਾਏ ਮੂਹਰੇ ਤੇ ਥੋੜੀ ਮਾਰੀ ਤੇਰੇ ਅੱਕਣਾ, ਤੂੰ ਮਾਰੀ ਮੂਹਰੇ ਤੇ, ਤੇਰੀ ਗੱਡੀ ਦਾ ਮੂਹਰ ਤਾ ਮੇਰੀ ਗੱਡੀ ਦਾ ਪਛੂਣ ਥਾ। ਨਹੀਂ ਪਛੂਣ ਥਾ, ਤੂੰ ਕਿੱਥੋਂ ਬਨੂੜ ਥਾ? ਤੂੰ ਕਿੱਥੇ ਥਾ? ਅੰਨਾ ਥਾ ਤੂੰ? ਤੇ ਤੈਨੂੰ ਨੇ ਇਹ ਕੀ ਨਾਲੇ ਤੂੰ ਜਵਾਬ ਦਿੱਤਾ ਉਹਨੂੰ ਕੀ ਜੀ ਮੈਂ ਕਿਹੜੀ ਸਾਹਮਣੇ ਮਾਰੀ ਹੈ? ਤੇ ਜੇ ਤੂੰ ਸਾਹਮਣੇ ਹੋਣੀ ਮਾਰੀ ਤੇ ਵਿੱਚ ਬੈਠਾ ਤੇ ਤੂੰ ਹੀ ਕਿ ਜਾਓ, ਹੋਰ ਕੋਈ ਚਲਾਉਣ ਡਿਆ ਸੀ? ਪਿੱਛੇ ਮਾਰਨੀ ਚਾਹੇ ਅੱਗੇ ਮਾਰਨੀ, ਮਾਰਨੀ ਤਾਂ ਤੂੰ ਹੀ ਹੈ। ਪਿੱਛੇ ਕਿਹੜਾ ਹੋਰ ਡਰਾਈਵਰ ਬੈਠਾ ਹੁੰਦਾ? ਵਾਹ, ਇਹਨੂੰ ਇਹ ਏਦਾਂ ਹੀ ਲੱਗਦਾ ਨਾ ਕੈਮਰਾ ਲਵਾਲਾ ਵੀਰੇ, ਕੈਮਰਾ ਸਭ ਤੋਂ ਵਧੀਆ
ਹੈਗੀ ਤੂੰ ਕੈਮਰਾ ਲਵਾ ਲਾ ਟਰੱਕ ਤੇ ਮੇਰੇ ਭਾ ਇੰਨਾ ਨਹੀਂ ਹੈਗਾ ਕਾ ਕਿ ਮਤਲਬ ਹੁਣ ਐਡਵਾਂਸ ਤੇਰੇ ਭਾ ਉਦਾਂ ਵੀ ਨਹੀਂ ਹੈਗਾ ਦਿਮਾਗ ਵੀ ਹੋਣਾ ਚਾਹੀਦਾ ਤੇ ਹਮੇ ਕਿਹੜਾ ਇੰਨਾ ਐਡਵਾਂਸ ਹੋ ਗਏ ਹੁਣ ਤਾਂ ਮੋਬਾਈਲ ਸਿੱਖਿਆ ਮੈਂ ਬੜਾ ਐਡਵਾਂਸ ਆ ਮੋਬਾਈਲ ਤੇ ਤੂੰ ਆਰਡਰ ਕਰਨ ਡਿਆ ਗੱਡੀ ਤੂੰ ਬੈਕ ਕਰਨ ਡਿਆ ਆ ਗਿਆ ਤੂੰ ਇਨਸਾਫ ਲੈਣ ਇਨਸਾਫ ਮਿਲੂ ਨਹੀਂ ਵੀ ਜੀ ਭਾਂਡਾ ਹੈ ਨਹੀਂ ਕੋਈ ਐਡਾ ਬੜਾ ਆਪਣੇ ਕੋਲੇ ਉਹ ਗੱਲ ਸੁਣ ਓਏ ਗੱਲ ਸੁਣ ਤੈਨੂੰ ਮੈਂ ਦਵਾਂ ਇਨਸਾਫ ਫਿਰ ਅੱਛਾ ਮੈਨੂੰ ਇੱਕ ਚੀਜ਼ ਦੱਸ ਕਿਹੜੇ ਏਰੀਆ 'ਚ ਹੋਇਆ ਹੈ ਚੌੜੇ ਬਾਜ਼ਾਰ 'ਚ ਚੌੜੇ ਬਾਜ਼ਾਰ ਮੈਂ ਉੱਥੇ ਆਪਣੇ ਟ੍ਰੈਫਿਕ ਪੁਲਿਸ ਵਾਲੇ ਨਹੀਂ ਹੁੰਦੇ ਸਰ ਕਦੀ ਕਦੀ ਹਾਂ ਤੇ ਉਹ ਨਹੀਂ ਆਇਆ ਫਿਰ ਉੱਥੇ ਉਹਨਾਂ ਨੂੰ ਕਹਿਣਾ ਸੀ ਫਿਰ ਉਹਨਾਂ ਨੇ ਦੇਖਿਆ ਉਹਨਾਂ ਨੇ ਕਿਹਾ ਉਹਨਾਂ ਦਾ ਜੀ ਉਹਨਾਂ ਗੈਲ ਤਾਂ ਪੰਗਾ ਹੋਇਆ ਮੇਰਾ ਉਹਨਾਂ ਦਾ ਕੀ ਪੰਗਾ ਹੋਇਆ ਤੇਰਾ ਉਹਨਾਂ ਨੇ ਤਾਂ ਗੱਡੀ ਲਿਆ ਕਾ ਮਾਰੀ ਮੇਰੇ ਵਾ ਓਏ ਪੁੱਤਰ ਗੱਲ ਸੁਣ ਲੈ ਮੇਰੀ ਤਰੀਕੇ ਨਾਲ ਹੁਣੇ ਤੂੰ ਕਿਸੇ ਹੋਰ ਦਾ ਨਾਲ ਨਾਂ ਤਾਂ ਨਹੀਂ ਇਹਨੇ ਲਿਆ ਕਿਹਾ ਕਿ ਪਿੱਛੋਂ ਗੱਡੀ ਦਾ ਤੇ ਜਿਹਨਾਂ ਨੇ ਪਿੱਛੋਂ ਗੱਡੀ ਮਾਰੀ ਉਹ ਕੌਣ ਸੀ ਪੁਲਿਸ ਵਾਲੇ ਟ੍ਰੈਫਿਕ ਵਾਲੇ ਟ੍ਰੈਫਿਕ ਵਾਲੇ ਅੱਛਾ ਉਹਨਾਂ ਨੇ ਗੱਡੀ ਮਾਰੀ ਉਹਨਾਂ ਨੂੰ ਇੰਨੀ ਸੈਂਸੇ ਹੈ ਨਹੀਂ ਸੀ ਮੈਂ ਤਾਂ ਉਹਨਾਂ ਦੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਗੱਲ ਸੁਣ ਲਓ ਤੁਸੀਂ ਬੰਦੇ ਹੈਗੇ ਵਾਧੂ ਮੈਂ ਇਕੱਲਾ ਹੈਂ ਕਹਿੰਦੇ ਆ ਮੈਂ ਕਿਹਾ ਆ ਵੀ ਚਾਬੀ ਆ ਵੇ ਛੱਲਾ ਹੈਂ ਮਤਲਬ ਚੁੱਕ ਲਓ ਚਾਬੀ ਜੇ ਚੁੱਕ ਸਕਦੇ ਮੈਂ ਕਿਹਾ ਆ ਜਾਓ ਇਕੱਲਾ ਇਕੱਲਾ ਅੱਛਾ ਤਾਂ ਤੂੰ ਮਤਲਬ ਪੁਲਿਸ ਨਾਲ ਮੰਗਾ ਲੈ ਲਿਆ ਸਿੱਧਾ ਤੈਨੂੰ ਸ਼ਰਮ ਨਾ ਆਈ ਤੈਨੂੰ ਇਹ ਨਾ ਲੱਗਾ ਕਿ ਤੇਰਾ ਚਾਰ ਚਪੇੜਾ ਉੱਥੇ ਚੌਂਕ 'ਚ ਪੈ ਗਈਆਂ ਤਾਂ ਤੈਨੂੰ ਕਿੰਨੇ ਬਚਾਉਣਾ ਮਤਲਬ ਕਾਨੂੰਨ ਨਾ ਪਵੇ ਸਿੱਧੇ ਇਸਮਾ ਕਾ ਕਾਨੂੰਨ ਕਾ ਪੰਗਾ ਜਾਂ ਮਾਰੀ ਗਲਤੀ ਖਾਓ ਨਹੀਂ ਉਹ ਤਾਂ ਫੋਨ ਲਾ ਕੇ ਪੁੱਛੋ ਨੂੰ ਉਸਰੇ ਪੰਗਾ ਆ ਉੱਥੇ ਉਸਨੇ ਗੱਡੀ ਬੈਕ ਤਾਂ ਮਾਰੀ ਖਲੋ ਜਾ ਓਏ ਸਾਡੇ ਘਰ ਦਾ ਮੁੰਡਾ ਕੁੱਟ ਕੇ ਸਾਨੂੰ ਸ਼ਾਇਦ ਲਾਉਣਾ ਗਿਆ ਖਲੋ ਜਾ ਇੱਕ ਮਿੰਟ ਉਹਨੂੰ ਫੋਨ ਕਰਕੇ ਉਹਨੂੰ ਜਸਵੰਤ ਨੂੰ ਪੁੱਛੋ ਉੱਥੇ ਜਸਵੰਤ ਦੀ ਡਿਊਟੀ ਹੁੰਦੀ ਉਹਨੂੰ ਪੁੱਛ ਕੀ ਮਸਲਾ ਗੱਲ ਕਰੋ ਹਾਂਜੀ ਅੱਛਾ ਫੇਰ ਤੂੰ ਪੁਲਿਸ ਵਾਲਿਆਂ ਨੇ ਵੀ ਵੈਸੇ ਇਹ ਪੁੱਤਰ ਜਿੱਦਾਂ ਜਿੱਦਾਂ ਤੂੰ ਦੱਸ ਰਿਹਾ ਨਾ ਆਪਣੀ ਰਿਪੋਰਟ ਏਦਾਂ ਤਾਂ ਤੂੰ ਹੀ ਫਸ ਰਿਹਾ ਆਉਣ ਦੇ ਅੱਗੇ ਫੇਰ ਕਾ ਉਹਨਾਂ ਮੈਨੂੰ ਘੇਰ ਕਾ ਯੋ ਗੱਲ ਕਹਿਤੀ ਕਹਿੰਦੇ ਜੁਰਮਾਨਾ ਪਰ ਮੈਂ ਕਿਹਾ ਕਾਸ ਕਾ ਜੁਰਮਾਨਾ ਹਮੇ ਚਤੁਰ ਨਾਰ ਕਰ ਕੇ ਛਿੰਗਾਰ ਚਤੁਰ ਨਾਰ ਕਰ ਕੇ ਛਿੰਗਾ ਬੰਭੂ ਬੰਭੂ ਚਤੁਰ ਨਾਰ ਕਰ ਕੇ ਛਿੰਗਾ ਮੇਰੋ ਇਟਲੀ ਦਾ ਮੰਗ ਦਿਆ ਨਾ ਬੰਭੂ ਬੰਭੂ ਸਾਸਰੀ ਕਾਲ ਮਿਸਟਰ ਵਾਲੇ ਬੇਟਾ ਪਹਿਲੇ ਤਾਂ ਇੱਦਾਂ ਕਰ ਕਿ ਹਲਵਾਈ ਦੁਕਾਨ ਤੋਂ ਨਾ ਡੱਬਾ ਲੈ ਕੇ ਆ ਉਹ ਮਜ਼ਾਕ ਪੁੱਠਾਣਾ ਜਿੱਥੇ ਕੋਈ ਕੇਸ ਨਹੀਂ ਆਂਦਾ ਤੇ ਅੱਜ ਦੋ ਦੋ ਤੁਰੇ ਹੋਏ ਆਇਓ ਖਾਲੀ ਡੱਬਾ ਨੇ ਭਰੇ ਕੇ ਲੈ ਕੇ ਆਇਓ ਆ ਤਾਂ ਤੇਰੇ ਲਈ ਕਾਲਾ ਗੁਲਾਬ ਜਾਮਨ ਨਹੀਂ ਮੰਗਾ ਲੱਗਿਆ ਆ ਚਿੱਟੇ ਮੰਗਾਈਓ ਕਾਲਾ ਮੈਂ ਖੁਦ ਹੈ ਸ਼ਰਮ ਨਹੀਂ ਆਉਂਦੀ ਚਿੱਟਾ ਗੁਲਾਬ ਜਾਮਨ ਦੇਖ ਕੇ ਤੈਨੂੰ ਕੰਪਲੈਕਸ ਨਹੀਂ ਫੀਲ ਹੁੰਦਾ ਜਦੋਂ ਖਾ ਲੈਣਾ ਫਿਰ ਸ਼ਰਮ ਕਾ ਦੇ ਉਹ ਗੱਲ ਸੁਣ ਭਾਈ ਕੌਣ ਆ ਤੂੰ ਤੇ ਕੀ ਲੈਣਾ ਆ ਮੈਂ ਮੱਖਣ ਡੋਸੇ ਵਾਲਾ ਮੱਖਣ ਡੋਸੇ ਵਾਲਾ ਯਾ ਯਾਰ ਇਹਨਾਂ ਨੂੰ ਨਾਂ ਨਹੀਂ ਕੋਈ ਹੋਰ ਲੱਭਦਾ ਕਿਉਂ ਸ਼ਕਲ ਤੋਂ ਖਿਲਾਫ ਨਾ ਰੱਖ ਲੈਂਦੇ ਹਾਂਜੀ ਸਰ ਦੱਸੋ ਅੱਛਾ ਮੱਖਣ ਡੋਸੇ ਵਾਲਾ ਤੂੰ ਜੇ ਮੇਰੇ ਰੈੜੇ ਕਿਸੇ ਨੇ ਤੋੜਤੇ ਤੇਰੇ ਡੈਡੀ ਕਿਸੇ ਨੇ ਤੋੜਤੀ ਰੈੜੇ ਕਿਸੇ ਨੇ ਤੋੜਤੇ ਮੈਂ ਉਸ ਕਾ ਰਿਪੋਰਟ ਲਗਾਣਾ ਇਸੇ ਦੁਬਾਰਾ ਰੈੜੀ ਕਰ ਲੋ ਗੱਲ ਇਹ ਵੀ ਠੀਕ ਹੈ ਰੈੜੀ ਤੇਰੀ ਦੁਬਾਰਾ ਵੀ ਰੈੜੀ ਹੋ ਸਕਦੀ ਉਸ ਕਾ ਲਿਆ ਪੈਸਾ ਲੱਗਤਾ ਉਹਨੂੰ ਕੀ ਦੱਸਣ ਡਿਆ ਉਹਨੇ ਬੈਂਕ ਲੋਨ ਦੇਣਾ ਤੈਨੂੰ ਉਹਦੇ ਨਾਲ ਮੂੰਹ ਕੀ ਕਰਨ ਡਿਆ ਉਹ ਤੈਨੂੰ ਕੀ ਬੈਂਕ ਦਾ ਮੈਨੇਜਰ ਲੱਗਣ ਡਿਆ ਮਜਕਾ ਲਾਗਾ ਕਿ ਬੈਂਕ ਦਾ ਮੈਨੇਜਰ ਏ ਡਰਾਈਵਰਾਂ ਦੀ ਇੱਜ਼ਤ ਬਹੁਤ ਕਰਦੀ ਦੁਨੀਆ ਐਂ ਨਾ ਸਮਝੀ ਵੀਰ ਆ ਵੀ ਅਜਾਬੀ ਯਾਰ ਉਹ ਪਈ ਹੈ ਚੱਪ ਠੀਕ ਆ ਉਹਨੇ ਉਹ ਤੋਂ ਲੈ ਕੇ ਜਾਈ ਜਦੋਂ ਤੈਨੂੰ ਲੱਗੇਗਾ ਕਿ ਹਾਂ ਵੀ ਕੋਈ ਚੱਕਰ ਮਤਲਬ ਨਾ ਯਾਰ ਉਹ ਗੱਲ ਹੋ ਗਈ ਹਾਂ ਕਿ ਉਹ ਪਈ ਹੈ ਮਾਈਕਲ ਚਾਬੀ ਜਦ ਮਤਲਬ ਇਹ ਤੁਹਾਡੀ ਲੜਾਈ ਹੋਊਗੀ ਜਦ ਤੂੰ ਜਿੱਤੂ ਜਾਂ ਮੈਂ ਜਿੱਤੂ ਜਿਹੜਾ ਜਿੱਤੂ ਚਾਬੀ ਖੋਲ ਦੂ ਅੱਛਾ ਲਿਆ ਯਾਰ ਉਹ ਸ਼ਿੰਦੇ ਦੇ ਚਾਬੀ ਦੇ ਲਿਆ ਉਧਰੋਂ ਸੁੱਟ ਇਧਰੋਂ ਉਹ ਬਹਿ ਜਾ ਬਹਿ ਜਾ ਬਹਿ ਜਾ ਇਸ ਨੂੰ ਉਠਾਓ ਜੀ ਇੰਟਰਸਟਿੰਗ ਲਾ ਰਿਹਾ ਬੰਦਾ ਹੈ ਯੋ ਇੰਟਰਸਟਿੰਗ ਲਾ ਰਿਹਾ ਬੰਦਾ ਅੱਛਾ ਇਹ ਬਾਤ ਹੋ ਗਿਆ ਹਾਂ ਅੱਛਾ ਮੈਂ ਅੱਛਾ ਕੀ ਨਾਮ ਤੇਰਾ ਮੱਖਣ ਡੋਸੇ ਵਾਲਾ ਮੱਖਣ ਡੋਸੇ ਵਾਲਾ ਤੇ ਡੋਸਾ ਕੋਸਾ ਕੋਸਾ ਖਵਾ ਦੇ ਤੁਸੀਂ ਕੋਸਾ ਨੇ ਖਾਤਾ ਜੇ ਗੋ ਮਖਤਿਆਰ ਜੀ ਇੱਕ ਮਿੰਟ ਕੋਈ ਹੋਰ ਬੰਦਾ ਵੀ ਆਇਆ ਤੁਹਾਡੀ ਰਿਪੋਰਟ ਅਸੀਂ ਅਧਿਕ ਸੁਣ ਲਈ ਹੈ ਨਾ ਬਾਕੀ ਗੱਲ ਕਰਨੀ ਹੈ ਤੁਹਾਡੇ ਨਾਲ ਪਹਿਲੇ ਇੱਧਰ ਵੀ ਗੱਲ ਕਰਨ ਦੋ ਸਾਨੂੰ ਕੋਈ ਹੋਰ ਵੀ ਬੰਦਾ ਆਇਆ ਹਾਂਜੀ ਐਸਾ ਲੱਗਦਾ ਜੈਸੇ ਇਸ ਦਾ ਡਾਲ ਲੈ ਕੇ ਤਾਰਾ ਫੇਸ ਖੋਲਾ ਕਿਹਦੇ ਵਰਗਾ ਡਾਲ ਲੈ ਕੇ ਤਾਰਾ ਫੇਸ ਖੋਲਾ ਉਹਦਾ ਟਰੱਕ ਦਾ ਡਾਲ ਲਾ ਯਾਰ ਸਹੀ ਪਛਾਣ ਬੰਦੇ ਨੇ ਤੁਹਾਨੂੰ ਦੱਸ ਦਿੱਤਾ ਉਹ ਲਿਆ ਸ਼ਿੰਦਿਆ ਚਾਬੀ ਸੁੱਟ ਲਿਆ ਆ ਯੋ ਭਈਆ ਚਾਬੀ ਚਲੋ ਕਰਦਾਂ ਤੇਰੇ ਨਾਲ ਬਾਅਦ ਚ ਡਾਕਟਰ ਜੀ ਇਹ ਕੌਣ ਹੋਤੀ ਹੈ ਇਹ ਕੌਣ ਹੋਤੀ ਦੱਸੋ ਜੀ ਕੌਣ ਹੋਤੀ ਤੁਸੀਂ ਮੈਂ ਜੀਟੀ ਰੋਡ ਪਾ ਜਦ ਨਿਕਲਦੇ ਸ਼ਿੰਗਾਰ ਕੇ ਗੱਡੀ ਨੂੰ ਹੈ ਅੱਛਾ ਵਿਆਹ ਸ਼ਾਦੀ ਦਾ ਪ੍ਰੋਗਰਾਮ ਕਾਮ ਕਰਕੇ ਜੀਟੀ ਰੋਡ ਪਾ ਲੈ ਕੇ ਸ਼ਿੰਗਾਰ ਕੇ ਨਿਕਲਦੇ ਜਦ ਗੱਡੀ ਨੂੰ ਸੌਖੀ ਨਹੀਂ ਕਮਾਈ ਮਿੱਤਰੋ ਪੈਂਦੇ ਸੱਪਾਂ ਦੇ ਸਰੀਰ ਦੇ ਨੋਟ ਚੱਕਣੇ ਸੌਖੀ ਨਹੀਂ ਡਰਾਈਵਰੀ ਮਿੱਤਰੋ ਕੀ ਚਾਹਨਾ ਭਾਈ ਤੂੰ ਕਿਹੜੇ ਹੋ ਕੀ ਪੁੱਛਣ ਡਿਆ ਤੈਨੂੰ ਕੀ ਕਹਿਣੇ ਨੂੰ ਸਿੱਧਾ ਸਿੱਧਾ ਦੱਸ ਡਰਾਈਵਰ ਤੈਂ ਉਹ ਕਹਣਾ ਸੁਣਿਆ ਗੀਤ ਸੁਣਿਆ ਤੈਂ ਬਾਰੀ ਖੋਲ ਕਾ ਵਾਹਿਗੁਰੂ ਬੋਲ ਕਾ ਸੀਟ ਪਰ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਤੇਰੀ ਯਾਰ ਨੇ ਬਾਬੇ ਆਪਾਂ ਚੱਲ ਚੱਲੀਏ
ਸੁਣਿਆ ਹਮ ਸੁਨਤ ਹੈ ਹਾਂ ਅੱਛਾ ਸੁਨਤ ਹੈ ਲਾ ਫਿਰ ਮਾੜੀ ਜੀ ਤਾਂ ਤੂੰ ਜੀ ਕੋਈ ਉਹ ਇੱਕ ਮਿੰਟ ਯਾਰ ਮੁਖਤਿਆਰ ਸਾਨੂੰ ਗੱਲ ਕਰਨ ਦੇ ਭਾਜੀ ਤੂੰ ਬਹਿ ਜਾ ਆਰਾਮ ਨਾਲ ਹਾਂ ਜੀ ਕੀ ਹੋਇਆ ਤੁਹਾਨੂੰ ਮਿਸਟਰ ਪਾਲੇ ਮੇਰੇ ਇਟਲੀ ਕਾ ਰੈਡੀ ਹਿਲਾਤੀ ਉਹ ਪੁੱਤਰ ਸ਼ਗਲ ਤੇਰੀ ਜੁਗਾਂਡਾ ਜੀ ਇਟਲੀ ਕਿੱਥੇ ਤੂੰ ਰੈਡੀ ਲਾ ਕੇ ਕਿਆ ਬੋਲਤ ਹੈ ਮਿਸਟਰ ਪਾਲੀਆ ਮੈਂ ਇਤਨੀ ਬੜੀ ਆਪਕੇ ਪਾਸ ਸਮੱਸਿਆ ਲੈ ਕੇ ਆਤੀ ਔਰ ਤੁਮ ਹਮਕਾ ਬੇਇੱਜ਼ਤੀ ਕਰ ਜਾਤੀ ਉਹ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਪੁੱਛਣ ਡਿਆ ਕਿ ਇਟਲੀ 'ਚ ਰੇੜੀ ਕਿੱਥੇ ਲਾਤੀ ਤੂੰ ਇਟਲੀ ਮੈਂ ਰੇੜੀ ਨਾ ਇਟਲੀ ਡੋਸੇ ਕੇ ਰੇੜੀ ਲਾਤੀ ਇਟਲੀ ਕਹਿਣ ਇਟਲੀ ਪੁਰਾਣੇ ਸਿੰਗਾਪੁਰ ਵਰਗਾ ਤੇਰਾ ਮੂੰਹ ਹੈ ਤਾਂ ਤੂੰ ਇਟਲੀ ਕਹਿਤਾ ਮਿੰਟ 'ਚ ਅਤੇ ਤੁਹਾਡੇ ਆ ਭੈਣ ਜੀ ਦੇ ਨਵੇਂ ਸਿੰਗਾਪੁਰ ਵਰਗਾ ਪੰਜਾਬ ਚ ਮੈਨੂੰ 80 ਸਾਲ ਹੋ ਗਏ ਯਾਰ ਕਹਿਤਾ ਮੇਰੇ ਪਹਿਲਾਂ ਕੀ ਡੈਡੀ ਦੀ ਪਲੈਨਿੰਗ ਚ ਲਾਂਦਾ ਹੁੰਦਾ ਸੀ ਪਹਿਲਾਂ ਮੇਰੇ ਡੈਡੀ ਜੀ ਇੱਥੇ ਆਏ ਫਿਰ ਮੈਂ ਇੱਥੇ ਆਇਆ ਘੱਟ ਤੋਂ ਘੱਟ 80 ਸਾਲ ਤਾਂ ਹੋ ਗਏ ਹੁਣ ਨਾ ਮੰਮੀ ਨਾਲ ਆਇਆ ਅੱਛਾ ਦਿਮਾਗ ਚ ਹੀ ਉਦੋਂ ਡੈਡੀ ਦੇ ਤੂੰ ਮੁਰਗੀ ਤੇ ਬੁੱਚਰਾ ਕੀ ਸ਼ੋਪ ਤੇ ਉਹ ਕਿਹੜੀ ਸ਼ੋਪ ਤੇ ਬੁੱਚਰਾ ਕੀ ਬੁੱਚਰਖਾਨਾ ਹੁੰਦਾ ਉਹ ਕਿਹੜੇ ਕਸਾਈਆਂ ਕੀ ਹਾਂ ਤੈਨੂੰ ਜ਼ਿਆਦਾ ਪਤਾ ਮੁਰਗੀ ਉੱਥੋਂ ਆਈ ਉਹੀ ਵੱਢ ਰਹੇ ਹੁੰਦੇ ਜਾਂ ਮੈਂ ਸ਼ਾਮ ਨੂੰ ਜਾ ਰਿਹਾ ਡਰਾਈਵਰ ਗੱਡੀ ਲੈ ਕੇ ਜਾ ਰਿਹਾ ਹੁੰਦਾ ਮੁਰਗੀ ਵੱਢ ਰਹੀ ਨਹੀਂ ਮੈਂ ਬਣਾ ਹੋ ਰਹਾ ਧੌਣ ਜਿਹੀ ਮੈਂ ਚੱਕ ਆ ਲੈ ਜਾਂਦੇ ਹਾਂ ਮੈਂ ਘਰ ਨੂੰ ਪੋਇਟਰੀ ਫਾਰਮ 'ਚ ਹੁੰਦੀਆਂ ਹੈ ਪੋਇਟਰੀ ਫਾਰਮ ਪੋਇਟਰੀ ਮਾ ਹਾਂਜੀ ਪੋਇਟਰੀ ਫਾਰਮ ਉੱਥੇ ਦਾ ਸ਼ਾਇਰੀਆਂ ਕਰਦੀਆਂ ਕਰਦੀਆਂ ਹੋਣਗੀਆਂ ਪੋਇਟਰੀ ਫਾਰਮ 'ਚ ਹੁੰਦੀਆਂ